ਸਰ, ਮੇਰਾ ਨਾਮ ਡਾਕਟਰ ਹਰਪਾਲ ਸਿੰਘ ਹੈ ਜੀ। ਆ ਜਿਹੜੇ ਬੱਚੇ ਦੀ ਚੱਲ ਰਹੀ ਹੈਗੀ ਹੈ, ਪਤਾ ਲੱਗਿਆ ਹੈਗਾ, ਕੀ ਕਹਿਣਾ ਤੁਹਾਡਾ? ਸਰ ਮੈਂ ਤਾਂ ਪਤਾ ਨਹੀਂ, ਮੈਂ ਤਾਂ ਹਸਪਤਾਲ ਤੋਂ ਡਿਊਟੀ ਤੋਂ ਆਇਆ ਸੀ, 1 ਵਜੇ ਦੇ ਕਰੀਬ ਮੈਂ ਆ ਕੇ ਅੰਦਰ, ਬਸ ਮੇਰੀ ਆਦਤ ਹੈ ਕਿ ਇੱਕ ਵਾਰੀ ਸਵੇਰੇ ਜਾਂ ਸ਼ਾਮ ਨੂੰ ਮੈਂ ਨਿਊਜ਼ ਮੈਂ ਜ਼ਰੂਰ ਦੇਖਦਾ ਹੁੰਦਾ। ਜਦੋਂ ਆ ਕੇ ਦੇਖਿਆ ਤਾਂ ਕੁਛ ਉਹਦੇ 'ਤੇ ਪ੍ਰਿੰਸ ਰਾਜਪੁਰਾ ਦੇ ਨਾਮ ਤੋਂ ਕੁਛ ਆਇਆ, ਮੈਂ ਇਕਦਮ ਸ਼ੋਰਟ ਜਿਹਾ ਲੱਗਿਆ। ਮੈਂ ਕਿਹਾ ਦੁਬਾਰਾ ਫਿਰ ਦੇਖਾਂ, ਦੇਖਿਆ ਫਿਰ ਦੁਬਾਰਾ ਇੱਕ ਫੋਟੋ ਆਈ, ਅਤੇ ਉਸ ਟਾਈਮ ਤੋਂ ਬਾਅਦ ਫਿਰ ਮੈਂ CI ਖਰੜ ਵਾਲਿਆਂ ਨੂੰ ਸੰਪਰਕ ਕੀਤਾ ਵੀ ਇਸ ਤਰ੍ਹਾਂ ਕੋਈ ਉਹਦੇ ਕੋਈ ਜ਼ਿਆਦਾ ਇੰਜਰੀਜ਼ ਜਾਂ ਕੋਈ ਇਸ ਤਰ੍ਹਾਂ ਹਾਲਾਤ। ਕਹਿੰਦੇ ਨਹੀਂ ਨਹੀਂ ਡਾਕਟਰ ਸਾਹਿਬ, ਨੋਰਮਲ ਹੈ, ਠੀਕ ਹੈ, ਹੋਸਪਿਟਲ ਹੈ, ਬਿਲਕੁਲ ਟੈਨਸ਼ਨ ਨਾ ਲਓ। ਬਸ ਇੰਨੀ ਗੱਲ ਹੋਈ। ਤੁਸੀਂ ਕਿਡਨੈਪਿੰਗ ਦਾ ਪਰਚਾ ਕਮਰੇ ਲਿਖਾਈ ਸੀ? ਹਾਂ ਸਰ, 18 ਤਰੀਕ ਨੂੰ, ਪਿਛਲੀ 18 ਤਰੀਕ ਨੂੰ ਮਤਲਬ ਬੱਚਾ ਮਿਸਿੰਗ ਹੋਇਆ, ਅਤੇ ਉਸ ਟਾਈਮ ਤੋਂ ਬਾਅਦ ਮੈਂ ਮਤਲਬ ਇੱਥੇ ਆਪਣਾ ਥਾਣੇ 'ਚ ਕੰਪਲੇਂਟ ਕੀਤੀ ਹੋਈ ਹੈ, ਡਿਪਟੀ ਸਾਹਿਬ ਨੂੰ ਮਿਲੇ, SSP ਸਾਹਿਬ ਨੂੰ ਮਿਲੇ, ਅਤੇ 18 ਤਰੀਕ ਤੋਂ ਸਾਡੇ ਸੰਪਰਕ 'ਚ ਨਹੀਂ। ਵੈਸੇ ਉਹ ਹਰ ਰੋਜ਼ ਆਉਂਦਾ ਸੀ, ਘਰ ਆਉਂਦਾ ਸੀ, ਘਰ ਚਲਾ ਜਾਂਦਾ ਸੀ, ਰੋਜ਼ ਆਉਣਾ, ਰੋਜ਼ ਜਾਣਾ। ਅੱਛੇ ਕਾਲਜ ਤੋਂ ਨੇ, ਮਤਲਬ ਗ੍ਰੈਜੂਏਸ਼ਨ ਕੀਤੀ ਹੈ, ਆਊਟ ਆਫ ਕੰਟਰੀ ਗਿਆ 2-3 ਵਾਰ, ਕੋਈ ਇਸ ਤਰ੍ਹਾਂ ਦੀ ਤਾਂ ਕੋਈ ਨੌਬਤ ਹੀ ਨਹੀਂ ਸੀਗੀ ਵੀ ਆਪਾਂ ਇੱਕ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਵੀ ਆਹ ਕੁਛ ਇੰਨਾ ਵੱਡਾ ਕੋਈ ਇੱਕਦਮ ਸ਼ੋਰਟ ਲੱਗੇਗਾ, ਕੋਈ ਸੋਚ ਵੀ ਨਹੀਂ ਸਕਦੇ। ਮਤਲਬ ਹੈ ਜਿਹੜਾ ਅਗਵਾ ਕਰਨ ਦੀ ਕਹਾਣੀ ਸੀ, ਉਹ ਗੁੰਮਰਾਹ ਕਰਨ ਲਈ ਵੀ ਬੱਚੇ ਵੱਲੋਂ ਕੋਈ ਕੀਤੀ ਗਈ ਹੋ ਸਕਦੀ ਹੈ? ਨਹੀਂ ਸਰ, ਵੈਸੇ ਅੱਜ ਤੱਕ ਇਸ ਤਰ੍ਹਾਂ ਦੀ ਕਦੀ ਕੋਈ ਨੌਬਤ ਨਹੀਂ ਆਈ, ਕਿਉਂਕਿ ਇਹ ਤਾਂ ਇਸ ਤੋਂ ਪਹਿਲਾਂ ਮੈਨੂੰ ਥਰੈਟ ਆਉਂਦੀਆਂ ਰਹੀਆਂ, ਇਸ ਤੋਂ ਪਹਿਲਾਂ ਮੈਨੂੰ ਥਰੈਟ ਆਈਆਂ ਪਿੱਛੇ ਜਦੋਂ ਮੇਰੇ 'ਤੇ ਫਾਇਰਿੰਗ ਹੋ ਗਈ ਹੈ, ਫਿਰ ਉਸ ਤੋਂ ਬਾਅਦ ਮੇਰੇ 'ਤੇ ਉਹ ਆਏ ਅਕਾਊਂਟ ਨੰਬਰ ਆਏ ਨੇ, ਉਹ ਅਕਾਊਂਟ ਨੰਬਰ ਆਪਾਂ SSP ਸਾਹਿਬ ਨੂੰ ਰਿਟਰਨ 'ਚ ਦਿੱਤੇ ਹੋਏ ਨੇ ਕਿ ਮੈਨੂੰ ਥਰੈਟ ਆ ਰਹੀਆਂ ਇਸ ਨੰਬਰਾਂ ਤੋਂ। ਬਟ ਉਹ ਤਾਂ ਅਕਾਊਂਟ ਹੋਰ ਨੇ, ਬੰਗਲੌਰ ਦੇ ਨੇ, ਕਿਸੇ ਪਾਸੇ ਦੇ ਨੇ, ਉਹ ਤਾਂ ਪੁਲਿਸ ਕਰ ਰਹੀ ਸੀ ਉਹਨਾਂ ਦਾ, ਮਤਲਬ ਉਸ ਤੋਂ ਬਾਅਦ ਤਾਂ ਮੇਰੇ ਕੋਲ ਇੱਥੋਂ ਗਨਮੈਨ ਵੀ ਰਹੇ ਸੀ, ਅਤੇ ਮਤਲਬ ਉਹਦੇ ਨਾਲ ਇਹਦਾ ਮੈਂ ਤਾਂ ਨਹੀਂ ਇਸ ਮਤਲਬ ਕੜੀ ਨੂੰ ਜੋੜ ਕੇ ਦੇਖ ਸਕਦਾ। ਜਿਹੜਾ ਦੂਸਰਾ ਉਹਦੇ ਨਾਲ ਲੜਕਾ ਹੈਗਾ, ਉਹ ਕੋਈ ਰਿਸ਼ਤੇਦਾਰ ਹੈ ਜੀ? ਉਹ ਹਾਂਜੀ, ਉਹ ਮੇਰੇ ਬ੍ਰਦਰ ਦਾ ਮਤਲਬ ਲੜਕਾ ਹੈ, ਅਤੇ ਉਹ ਮਤਲਬ 15-20 ਦਿਨ ਤੋਂ ਹੀ ਮਤਲਬ ਉਹਦੀ ਮੰਮੀ ਨਾਲ ਅੱਜ ਹੁਣੇ ਗੱਲ ਹੋਈ ਹੈ, ਅਤੇ ਉਹ ਕਹਿੰਦੀ 15-20 ਦਿਨ ਤੋਂ ਵੀ ਉਹ ਕਹਿ ਰਿਹਾ ਸੀ ਮੈਂ ਉਹ ਬੇਟੇ ਦੀ ਜਿੰਮ ਜੁੰਮ ਸੰਭਾਲਣੀ ਹੈ ਅਤੇ ਮੈਂ ਉੱਥੇ ਜਾਣਾ, ਅਤੇ ਇਸ ਕਰਕੇ ਉਹ ਦੱਸ ਰਿਹਾ ਵੀ ਮੈਂ ਉੱਥੇ ਮੋਹਾਲੀ ਹਾਂ, ਅਤੇ ਯਾਨੀ ਕਿ ਉਹਦੇ ਨਾਲ ਬਲਕਿ ਲੜਕੇ ਨਾਲ ਇੱਕ ਦੂਰ ਹੀ ਮੇਰਾ ਸੰਪਰਕ ਹੋਇਆ, 2-3 ਵਾਰ ਮੈਂ ਕਾਲ ਕੀਤੀ ਹੈ, ਬਲਕਿ ਉਹਨੇ ਇਹ ਨਹੀਂ ਦੱਸਿਆ ਕਿ ਮੇਰੇ ਨਾਲ ਪ੍ਰਿੰਸ ਵੀ ਹੈ। ਇਹ ਜਦੋਂ ਇਹ ਹਾਦਸਾ ਹੋਇਆ ਤਾਂ ਮੈਨੂੰ ਬੜਾ ਸ਼ੋਰਟ ਲੱਗਾ ਵੀ ਕੀ ਮਤਲਬ ਕਿਸ ਤਰ੍ਹਾਂ ਹੋ ਸਕਦਾ ਹੈ। ਕਿੰਨੀ ਏਜ ਹੈ ਬੱਚੇ ਦੀ ਆਪਣੇ ਦੀ? ਬੱਚਾ 24-25 ਸਾਲ ਦਾ। ਕੀ ਕਾਰੋਬਾਰ ਕੀ ਕਰਦਾ ਸਰ? ਉਹਦਾ ਜਿੰਮ ਦਿੱਤੀ ਸੀ ਜੀ, 5 ਫੇਸ ਉਹਨੇ ਆਪਣਾ ਕਿਸੇ ਦੋਸਤ ਨਾਲ ਹਿੱਸਾ ਪਾ ਕੇ ਜਿੰਮ ਲਈ ਹੋਈ ਸੀ। ਕਿੱਥੇ? ਮੋਹਾਲੀ? ਹਾਂਜੀ ਮੋਹਾਲੀ, 5 ਫੇਸ ਮੋਹਾਲੀ ਜਿੰਮ ਦੇ ਵਿੱਚ ਉਹਦੇ ਸ਼ੇਅਰ ਕੀਤਾ ਹੋਇਆ ਸੀ, ਅਤੇ ਬਾਕੀ ਮਤਲਬ ਅੱਛੀ ਅਸੀਂ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਸਾਡਾ ਕੋਈ ਇਸ ਤਰ੍ਹਾਂ ਦਾ ਨਹੀਂ। ਮੈਂ ਅੱਛੀ ਉਹਨੂੰ ਗੱਡੀ ਲੈ ਕੇ ਦਿੱਤੀ ਹੋਈ ਹੈ, ਮੇਰੀ ਗੱਡੀ ਮੇਰੇ ਕੋਲ ਹੈ, ਉਹਦੀ ਗੱਡੀ ਉਹਦੇ ਕੋਲ ਹੈ, ਕੋਈ ਅੱਜ ਤੱਕ ਇਸ ਤਰ੍ਹਾਂ ਦੀ ਕੋਈ ਨੌਬਤ ਹੀ ਨਹੀਂ ਆਈ ਵੀ ਕੋਈ ਉਹਨੇ ਕਿਸੇ ਤੋਂ ਗੱਡੀ ਖੋਹੀ ਹੋਏ ਤਰੋ ਕਰੇ। ਦੇਖੋ ਉਹ ਬੱਚੇ ਕਰ ਸਕਦੇ ਨੇ ਜਿਹੜੇ ਬੱਚਿਆਂ ਨੂੰ ਕੋਈ ਪੈਸੇ ਦੀ ਕਮੀ ਹੋਏ, ਉਹ ਬੱਚੇ ਕਰ ਸਕਦੇ ਨੇ ਜਿਹੜੇ ਬੱਚਿਆਂ ਕੋਲ ਆਪਣਾ ਕੋਈ ਸਾਧਨ ਨਾ ਹੋਏ, ਉਹਦੇ ਕੋਲ ਤਾਂ ਆਪਣਾ ਸਭ ਕੁਛ ਹੈ। ਉਹਦਾ ਤਾਂ ਕੋਈ ਪਹਿਲੇ ਕੋਈ ਪਰਚਾ ਹੈਗਾ ਕੋਈ ਅਟੈਂਪਟ ਮਰਡਰ ਦਾ ਜਾਂ? ਨਹੀਂ, ਇਸ ਤਰ੍ਹਾਂ ਵਾਲਾ ਕੋਈ ਪਹਿਲਾਂ ਕੇਸ ਨਹੀਂ ਇੱਥੇ ਮੋਹਾਲੀ, ਤੁਸੀਂ ਥਾਣੇ 'ਚ ਜਾ ਕੇ ਪਤਾ ਕਰ ਸਕਦੇ ਹੋ, ਇਸ ਤਰ੍ਹਾਂ ਦਾ ਕੁਛ ਨਹੀਂ। ਇੱਕ ਮਤਲਬ ਕੇਸ ਜ਼ਰੂਰ ਹੋਇਆ ਸੀ, ਦੋਸਤਾਂ ਨੇ ਕਿਤੇ ਪਾਰਟੀ ਕਰਦੇ ਕੋਈ ਉੱਥੇ ਚੰਡੀਗੜ੍ਹ ਡਕੋਲੀ ਥਾਣੇ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਉਹਨਾਂ ਨੇ ਦੋਸਤਾਂ ਨੇ ਘਰ 'ਚ ਬਹਿ ਕੇ ਕੇਕ ਕੱਟਦੇ ਟਾਈਮ ਕੀਤੀ ਸੀ, ਉਹਦੇ 'ਚ ਉਹਦਾ ਨਾਮ ਆਇਆ ਸੀ। ਅਦਰਵਾਈਜ਼ ਅੱਜ ਤੱਕ ਕਦੀ ਰਾਜਪੁਰੇ 'ਚ ਐਵੇਂ ਨਹੀਂ ਕਿ 57 ਸਭ ਤੋਂ ਛੋਟਾ ਪਰਚਾ ਹੈ ਵੀ 57 'ਚ ਵੀ ਕਿਸੇ ਨੇ ਥੱਪੜ ਵੀ ਮਾਰਿਆ ਹੋਏ, ਲੜਾਈ ਹੋਈ ਹੋਏ, ਮਤਲਬ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਰਿਕਾਰਡ ਉਹਦਾ ਇੰਨਾ ਅੱਛਾ ਰਿਹਾ ਵੀ ਕੋਈ ਕੁਛ ਨਹੀਂ ਹੈ ਇਸ ਤੱਕ। ਕਿੰਨੇ ਪੜ੍ਹੇ ਪੁਲਿਸ ਜਿਹੜੀ ਉੱਥੇ ਦੱਸ ਰਹੀ ਸੀਗੀ ਕਿ ਪਹਿਲਾਂ ਵੀ 7 ਕੋਈ ਪਰਚੇ ਦੱਸ ਰਹੇ ਸੀਗੇ, ਕੋਈ ਉਵੇਂ ਦਾ ਕੋਈ ਤੁਹਾਡੇ ਧਿਆਨ? ਨਹੀਂ 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 ਨਹੀਂ, ਦੇਖੋ ਜੀ ਜੇ ਕੋਈ ਪਰਚਾ ਦਰਜ ਹੁੰਦਾ ਹੈ ਤਾਂ ਘੱਟੋ ਘੱਟ ਪੁਲਿਸ ਜਿਹੜੀ ਹੈ ਘਰ ਤੱਕ ਪਹੁੰਚ ਕਰਦੀ, ਠੀਕ ਹੈ ਨਾ, ਘਰ ਤੱਕ ਪਹੁੰਚ ਕਰਦੀ ਹੈ ਵੀ ਉਹਦੇ 'ਤੇ ਆਹ ਪਰਚਾ ਦਰਜ ਹੈ ਵੀ ਆਹ ਉਹਦੇ 'ਤੇ ਹੈ ਅਤੇ ਤੁਹਾਡਾ ਉਹ ਲੜਕਾ ਹੈ ਜਾਂ ਜੇ। ਮੇਰੇ ਤੱਕ ਅੱਜ ਤੱਕ ਕਿਸੇ ਨੇ ਕੋਈ ਮਤਲਬ ਉਹ ਕੀਤਾ ਹੀ ਨਹੀਂ ਹੈ ਵੀ ਮੈਨੂੰ ਕੋਈ ਪੁੱਛਿਆ ਹੀ ਨਹੀਂ ਹੈ ਵੀ ਇਸ ਸੰਬੰਧ 'ਚ ਕੋਈ ਪਰਚਾ ਹੋਏ, ਕੋਈ ਸਾਨੂੰ ਵਰੰਟ ਅਫਸਰ ਆਏ, ਕੋਈ ਸਾਨੂੰ ਸੰਭਣ ਆਉਣਾ, ਜਾਂ ਕੋਈ ਸਾਨੂੰ ਪੁਲਿਸ ਵਾਲਾ ਮੇਰੇ ਤੋਂ ਕੋਈ ਐਪਲੀਕੇਸ਼ਨ ਲਿਖਵਾ ਕੇ ਲੱਗਿਆ ਹੋਏ ਵੀ ਅਸੀਂ ਤੁਹਾਨੂੰ ਨੋਟਿਸ ਦਿੱਤੀ ਹੈ, ਤੁਹਾਡਾ ਬੱਚਾ ਤੁਹਾਡੇ ਕੋਲ ਆਏਗਾ ਤਾਂ ਸਾਡੇ ਸਾਹਮਣੇ ਪੇਸ਼ ਕਰਿਓ, ਇਸ ਤਰ੍ਹਾਂ ਵਾਲੀ ਕੋਈ ਗੱਲ ਹੀ ਨਹੀਂ ਹੋਈ।